अच्छा जी, अब्बू जी हुनी आए सी ते फिर के चले गए, रात नहीं रहे ताकि उत्थे फौतकी हुई सी ते भाई अहमद ने जनाजे ते जाना सी ते इसलिए अम्मी जी कहंदे वी असी रात नहीं रहनी, असी चले जाना वा। ते मैं हुण लगी हां चावल बनान, अज सालन बनाने नूं कोई चीज़ नहीं है सी। कल ते चाची उन्हां दे कद्दू लै के आंदे सीगे, ਉਹ ਸਾਲਣ ਬਣਾਇਆ ਸੀਗਾ ਅਤੇ ਲੇਕਿਨ ਅੱਜ ਨਾ ਭਾਈ ਆਵਾਸ ਗਏ ਸੀ ਹਮਸਾਇਆਂ ਦੇ ਦੇਸੀ ਮੁਰਗਾ ਲੈਣ, ਲੇਕਿਨ ਉੱਥੋਂ ਨਾ ਰੇਟ ਨਹੀਂ ਬਣਿਆ ਅਤੇ ਇਸ ਲਈ ਫਿਰ ਭਾਈ ਨੇ ਕਹਿੰਦੇ ਇੱਕ ਦੋ ਦਿਨਾਂ ਤੱਕ ਉਹ ਦੇ ਦੇਣਗੇ, ਉਹ ਉਹਨਾਂ ਦੀ ਬਹੂ ਦੇ ਆ ਅਤੇ ਲੇਕਿਨ ਉਹ ਹੈ ਨਹੀਂ ਸੀ ਘਰ। ਅਤੇ ਆਲੂਆਂ ਵਾਲੇ ਚਾਵਲ ਬਣਾਉਣ ਲੱਗੀ, ਆਲੂ ਟਮਾਟਰ ਮਿਰਚਾਂ ਔਰ ਪਿਆਜ਼ ਇਹ ਜੀ, ਕੁਛ ਖੜੇ ਮਸਾਲੇ, ਸਭ ਜ਼ੀਰਾ, ਦਾਲਚੀਨੀ, ਬੜੀ ਇਲਾਇਚੀ, ਸਭ ਕਾਲੀਆਂ ਮਿਰਚਾਂ। ਇਹ ਘੀ ਵਾਲੀ ਬਾਲਟੀ, ਇਹ ਮੱਗ ਜਿਹਦੇ ਨਾਲ ਮੈਂ ਚਾਵਲ ਮਿਣ ਕੇ ਲੈ ਕੇ ਆਈ ਹਾਂ, ਅਤੇ ਹਾਂਡੀ 'ਚ ਬਣਾ ਲੈਂਦੀ ਹਾਂ ਮੈਂ, ਕਿਹੜਾ ਜ਼ਿਆਦਾ ਬਣਾਉਣੇ ਆ ਘਰ ਵਾਸਤੇ ਬਣਾਉਣੇ ਆ, ਕਿਹੜਾ ਕੋਈ ਮਹਿਮਾਨ ਆਇਆ ਹੋਇਆ। ਅਤੇ ਚੁੱਲ੍ਹੇ ਉੱਪਰ ਰੱਖ ਲਈਆ, ਅਤੇ ਚੁੱਲ੍ਹੇ 'ਚ ਹੁਣ ਮੈਂ ਜਲਾ ਲੈਂਦੀ ਹਾਂ ਅੱਗ, ਅਤੇ ਚਾਵਲ ਬਣਾਉਣੇ ਸਟਾਰਟ ਕਰਦੀ ਹਾਂ। ਅੱਛਾ ਜੀ, ਚੁੱਲ੍ਹੇ 'ਚ ਅੱਗ ਜਲਾ ਲਈ ਆ, ਹਾਂਡੀ 'ਚ ਘੀ ਪਾ ਲਿਆ ਵਾ, ਘੀ ਹੋ ਗਿਆ ਗਰਮ, ਖੜੇ ਮਸਾਲੇ ਪਾ ਲੈਂਦੇ ਹਾਂ, ਖੜੇ ਮਸਾਲਿਆਂ ਤੋਂ ਬਾਅਦ ਪਿਆਜ਼ਾਂ ਨੂੰ ਥੋੜ੍ਹਾ ਬਰਾਊਨ ਕਰਦੀ ਹਾਂ, ਇਹਨਾਂ ਦਾ ਕਲਰ ਨਿਕਾਲਦੀ ਹਾਂ। ਪਿਆਜ਼ ਹਲਕੇ ਬਰਾਊਨ ਹੋ ਗਏ ਆ, ਟਮਾਟਰ ਮਿਰਚ ਐਡ ਕਰ ਲੈਂਦੀ ਹਾਂ, ਟਮਾਟਰਾਂ ਨੂੰ ਅੱਛੀ ਤਰ੍ਹਾਂ ਨਰਮ ਕਰ ਲਈਆਂ, ਅੱਛੀ ਤਰ੍ਹਾਂ ਨਰਮ ਹੋ ਗਏ ਆ, ਸੁੱਕੇ ਮਸਾਲੇ ਪਾ ਲੈਂਦੀ ਹਾਂ, ਸਭ ਤੋਂ ਪਹਿਲੇ ਨਮਕ, ਉਸ ਤੋਂ ਬਾਅਦ ਲਾਲ ਮਿਰਚ ਪੀਸੀ ਹੋਈ, ਥੋੜ੍ਹੀ ਜਿਹੀ ਦੜਾ ਮਿਰਚ ਔਰ ਕਾਲੀ ਮਿਰਚ ਪੀਸੀ ਹੋਈ, ਔਰ ਬਿਰਿਆਨੀ ਮਸਾਲਾ, ਸਾਰੇ ਮਸਾਲੇ ਪਾ ਲਏ ਆ। ਥੋੜ੍ਹਾ ਜਿਹਾ ਲਗਾਉਂਦੀ ਹਾਂ ਪਾਣੀ ਦਾ ਛਿੱਟਾ ਔਰ ਮਿਕਸ ਕਰਦੀ ਹਾਂ ਅੱਛੀ ਤਰ੍ਹਾਂ ਇਹਨਾਂ ਦੀ ਬਣਾਈ ਕਰ। ਮਸਾਲੇ ਅੱਛੀ ਤਰ੍ਹਾਂ ਭੁੱਜ ਗਏ ਆ, ਆਲੂ ਕੱਟ ਕੇ ਪਾਣੀ 'ਚ ਭਿਗੋ ਕੇ ਰੱਖੇ ਹੋਏ ਸੀ, ਅਤੇ ਆਲੂ ਪਾ ਲੈਂਦੀ ਹਾਂ, ਆਲੂ ਪਾ ਲਏ ਆ, ਆਲੂਆਂ ਨੂੰ ਮਸਾਲੇ 'ਚ ਅੱਛੀ ਤਰ੍ਹਾਂ ਮਿਕਸ ਕਰਦੀ ਹਾਂ, ਆਲੂਆਂ ਦੀ ਭੁਨਾਈ ਕਰਦੀ ਹਾਂ। ਅੱਜ ਬਣ ਰਹੇ ਆ ਆਲੂ ਚਾਵਲ, ਬਾਲਣ ਜਿਹੜਾ ਹੈ ਨਾ ਥੋੜ੍ਹਾ ਜਿਹਾ ਸਲਾਬਾ ਵਾ, ਇਸ ਲਈ ਨਾ ਮੱਠੀ ਮੱਠੀ ਆਲੂ ਜਲ ਰਹੀ ਆ। ਆਲੂ ਅੱਛੀ ਤਰ੍ਹਾਂ ਭੁੱਜ ਗਏ ਆ, ਨਰਮ ਹੋ ਗਏ ਆ, ਪਾਣੀ ਪਾ ਲੈਂਦੇ ਹਾਂ। ਬਿਸਮਿਲ੍ਲਾ ਰਹਿਮਾਨ ਰਹੀਮ, ਇੱਕ ਕੱਪ ਚਾਵਲਾਂ ਦਾ ਅਤੇ ਡੇਢ ਕੱਪ ਮੈਂ ਪਾਣੀ ਦਾ ਲਗਾਉਂਗੀ। ਜੀ ਬੇਟਾ, ਜੀ ਬੇਟਾ, ਚਾਵਲ ਤੁਸੀਂ ਖੁਦ ਹੀ ਕਹਿ ਰਹੇ ਸੀ, ਚਾਵਲ ਬਣਾਓ। ਹਾਂਜੀ, ਇਹ ਤੇ ਚਾਚੂ ਫਿਆਸ ਦੀਆਂ ਬੁੱਕਾਂ ਵਾ, ਹੁਣ ਦਿਖਾਉਂਦੀ ਤੁਹਾਨੂੰ, ਦੇਖੋ ਟੇਪ ਨਿਕਲੂਗੀ, ਦੇਖ ਸਕਦੇ ਆ। ਹਾਂ ਦੇਖੀ ਸੀ ਟੇਪ, ਉੱਥੇ ਆ ਟੇਪ ਨਿਕਲੀ, ਤੁਸੀਂ ਖੁਦ ਹੀ ਰੱਖੀਆਂ ਹੋਈਆਂ ਨਾ ਵਿੱਚ? ਨਹੀਂ, ਹੋਰ ਕਿਹਨੇ ਰੱਖੀਆਂ? ਨਾ ਇਹਦੇ ਚ ਪੈਸੇ ਨਿਕਲੂਗੇ। ਚਾਚੂ ਦੀਆਂ ਕਿਉਂ ਤੁਸੀਂ ਬੁੱਕਾਂ ਲਈਆਂ ਹੋਈਆਂ, ਇਹਨਾਂ ਨੂੰ ਰੱਖ ਦਿਓ। ਚਾਚੂ ਕਿਹੜਾ ਪੜਦੇ ਜੀ? ਅੱਛਾ, ਹਾਂਜੀ ਚਲੋ ਮੈਂ ਦੇਖਦੀ ਹਾਂ। ਦੇਖ ਲਓ, ਮੈਂ ਕੰਮ ਕਰਨਾ ਵਾ, ਮੇਰਾ ਨਹੀਂ ਟਾਈਮ ਇੰਨਾ। ਪਾਣੀ ਪੱਕਣਾ ਸ਼ੁਰੂ ਹੋ ਗਿਆ ਵਾ, ਚਾਵਲ ਪਾ ਲੈਂਦੇ ਹਾਂ, ਚਾਵਲ ਪਾਣੀ 'ਚ ਭਿਗੋ ਕੇ ਰੱਖੇ ਹੋਏ ਸੀ, ਅਤੇ ਪਾਣੀ ਨਿਕਾਲ ਦਿੰਦੀ ਹਾਂ, ਅਤੇ ਚਾਵਲ ਪਾ ਲੈਂਦੀ ਹਾਂ। ਚਾਵਲ ਪਾ ਲਏ ਆ, ਪਾਣੀ ਖੁਸ਼ਕ ਹੋਏਗਾ ਅਤੇ ਉਸ ਤੋਂ ਬਾਅਦ ਦਮ ਲਗਾਉਂਗੀ। ਇੱਧਰ ਹਿਬਾ ਬੇਟੀ ਦੇ ਕੰਮ ਦੇਖੋ, ਇਹਦੇ ਪਾਪਾ ਨਾਈ ਕਰਕੇ ਆਏ ਆ, ਅਤੇ ਉਹਨਾਂ ਦੇ ਕੰਘੀ ਕਰ ਰਹੀ ਆ, ਕਹਿੰਦੀ ਮੈਂ ਤੁਹਾਡਾ ਸਟਾਈਲ ਬਣਾਉਂਦੀ ਹਾਂ। ਕੀ ਕਰਦੀ ਹੈ ਵਾ? ਜਿੱਦਾਂ ਛੋਟੇ ਬੱਚਿਆਂ ਦਾ ਪਕੜੀ ਦਾ, ਜਿਵੇਂ ਛੋਟੇ ਕਾਕੇ ਦਾ ਨੀ ਪਕੜੀ ਦਾ, ਉਸ ਤਰ੍ਹਾਂ। ਮੈਂ ਨਹੀਂ ਗੱਲ ਛੱਡ ਦਿਓ, ਸਿਰ ਨਹੀਂ ਹਿਲਾਉਣਾ, ਠੀਕ ਹੈ ਨਾ? ਬਣ ਗਿਆ ਸਟਾਈਲ, ਲੱਗ ਤਾਂ ਮੈਨੂੰ ਇਸ ਤਰ੍ਹਾਂ ਹੀ ਰਿਹਾ। ਪਾਉਣਾ
चलो सही बना दो ठीक है ना जी। चावला जो पानी खुशक हो गया वा दम लगा देने हैं। बिस्मिल्लाहिर्रहमानिर्रहीम चूल्हे चो अग जी है ना बाहर निकाल दें जिस तरह जल्दी नहीं ना तो चावल सारे नीचे लग जाने फिर खाने वाले नहीं जाने। शुक्र है बारिशा हटिया वा तो बालन जोड़े है ना सुक गए तो बारिश न सारा बालन गिला हो जाता से। चलो जी चावल हो गए तैयार 10-15 मिनट बस इन्हों दम लगावे फिर चूल्हे तो नीचे उतार के सारे बुला लूँगी ताकि सारे अपने अपने ना काम कर रहे हैं ये आ जाते हैं तो फिर सारे रल रल मिल के बैठ के ना खा लवेंगे। ऐ प्याज कटिया वा जवेद वास्ते जवेद कह रहे थे कि मेरे वास्ते ना प्याज कटियो नमक लगा लें नमक लगा के ना मल के अच्छी तरह प्याज जोड़े है ना धो ली जी। प्लेटा मैं ले आई हाँ उस दिन मैं दो छोटी छोटी परातें लैके आई सी ऐ जड़िया दो ना ये मैं खुद लिया से ते ऐ जड़ी छोटी है ये मोइज दी नानी ने मोइज नू लैके दित्ती सी ते ऐ दूसरियां प्लेटा चावल ले आवां। हाँ जी भूख लगी है अच्छा चलो मैं उन्हें लैके आई 15 मिनट हो गया चावल नू दम लगाए हुए ते फुफो जी अग पा के लै गया फुके च ते हुण मैं चावल चेक कर दी हाँ तो नीचे उतार लैनी हाँ मोइज दे कम पौना एक साइड ते करके गया हो चेक कर लग्या हुण। अच्छा जी चूल्हे तो मैं नीचे उतार ले ते माशाल्लाह माशाल्लाह चावल बहुत ही मज़ेदार लगता बने ते चावलों की है फाइनल लुक तुसी देखो चमचा नहीं मैं विच हिलाया पहले मैं क्या मैं थोड़ा जिहा क्लिप पा लां ते बाद च मैं चमचा हिलांदी हाँ। अच्छा चावल पक गए तो हम असं खाना शुरू कर दे हैं। ते मोहित बड़ा ट्रैक्टर तो आया है चलो हम जी करो शुरू खाओ झटा हे भाया अपने अबू जी ने बुला के लिया के आना चल जा मेरे बेटा जा मेरी बेटी जल्दी ले आओ दादा बुखार ले कमीज नहीं मोई साहब ने पाई ऊपर ना मामू जी का साफा लेके बैठा अबू जी करा ला रहे सी ने ट्रैक्टर ते ऊपर बैठा सीगा हाँ जी पहला इन बुखार से ना दवाई देिए थोड़ी देर उतरता फिर हो जाता है चावल खा ला चटनी रह दो बेटा इस तरह खा लो मैं कहना आ जाना बड़ा सोहना मजा भी अचार ले लो सही है ना अच्छा जी आज मैं वाहवा दिन बाद चावल खान लगा ना इस तरह है ना। हाँ जी अगे तुसी मेरे तो जो ऑपरेशन हो मेरे ख्याल एक दफा पकाया जाए दो दफा अच्छा पानी लिया दो है बब्बू जी ने मेरे ख्याल आवाज सुनी नहीं के बात वो तो कोल जाके बुलाना सी ट्रैक्टर की आवाज होंगी ट्रैक्टर की आवाज तो नहीं सुनता ना हम्म
ਇਹ ਆਲੂ ਲੱਭਦਾ ਹੋਣਾ ਆਲੂ ਲੜਾ ਮੁਸਤਲੀ ਮੇਰੇ ਪਾਇਆ ਹਾਂ ਸਹੀ ਮੇਰੇ ਸਾਰੇ ਆਲੂ ਨਿਕਲੇ ਆ ਬੋਲ ਲੈ ਬਾ ਬੇਟਾ ਇਹ ਖਾਣੇ ਨਹੀਂ ਆ ਕੇ चाची जी मेरी निकी जी प्लेट मैं तो छोटा चम्मच लैके मैं बड़िया वास लिया बड़ा छोटा चम्मच लो अच्छा मैं ना एकदम प्याज खाले उसने मेरा मुंह आलू मेरा जी